ਸਵਾਲਾ ਬਿਨਾ ਸੁਰੱਖਿਆ ਦੇ ਬਿਨਾ ਬੁਲੇਟ ਪ੍ਰੂਫ ਗੱਡੀ ਦੇ ਬਾਹਰ ਨਿਕਲਦਾ ਹੈ ਤਾਂ ਮੌਕੇ ਦਾ ਫਾਇਦਾ ਚੱਕਦੇ ਹੋਏ ਸ਼ਾਪ ਸ਼ੂਟ ਸੁਸਤਾ ਪਿੱਛਾ ਕਰਦੇ ਨੇ ਅਰ ਸਿੱਧੂ ਮੂਸੇਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਔਰ ਹਰ ਕਿਸੇ ਦੇ ਦਿਮਾਗ ਦੇ ਵਿੱਚ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਜੇ ਸਿੱਧੂ ਮੂਸੇਵਾਲਾ ਬੁਲੇਟ ਪ੍ਰੂਫ ਗੱਡੀ 'ਚ ਜਾਂਦਾ ਤਾਂ ਸ਼ਾਇਦ ਅੱਜ ਉਸ ਦੀ ਜਾਣ ਨਾ ਜਾਂਦੀ ਪਰ ਇਸ ਦੇ ਵਿੱਚ ਇਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਖੁਲਾਸੇ ਵੀ ਕੀਤੇ ਨੇ ਅਜੇ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਗੱਡੀ ਦੀ ਵੀ ਪਹਿਲੇ ਰੇਕੀ ਕੀਤੀ ਗਈ ਸੀ ਤਾਂ ਬੁਲੇਟ ਪ੍ਰੂਫ ਗੱਡੀ ਪੰਜਾਬ ਦੇ ਜਲੰਧਰ ਸ਼ਹਿਰ ਚ ਬਣਾਈ ਜਾਂਦੀ ਹੈ ਕਾਫੀ ਮਸ਼ਹੂਰ ਹੈ ਹਰ ਪੰਜਾਬ ਪਰ ਜੋ ਲੋਕ ਜਲੰਧਰ ਜਾਂਦੇ ਨੇ ਬੁਲੇਟ ਪ੍ਰੂਫ ਗੱਡੀਆਂ ਬਣਵਾਉਣ ਪਰ ਇਸ ਵਿੱਚ ਕਾਰ ਗੈਂਗਸਟਰਸ ਨੂੰ ਵੀ ਪਤਾ ਸੀਗਾ ਕਿ ਸਿੱਧੂ ਮੂਸੇਵਾਲੇ ਨੇ ਆਪਣੀ ਗੱਡੀ ਜਲੰਧਰ ਤੋਂ ਹੀ ਤਿਆਰ ਕਰਾਈਏ ਤੋਨਾ ਨੇ ਬੈਲੇ ਗੱਡੀ ਦੀ ਵੀ ਰੇਕੀ ਕੀਤੀ ਸੀ ਕਿਸ ਨੇ ਇਸ ਗੱਡੀ ਦੀ ਤਿਆਰ ਕੀਤੀ ਉਸ ਦੇ ਵਿੱਚ ਕੀ ਕੀ ਖਾਸ ਲਗਾਇਆ ਗਿਆ ਕਿਸ ਤਰੀਕੇ ਦੇ ਨਾਲ ਗੱਡੀ ਤਿਆਰ ਕੀਤੀ ਗਈ ਹੈ ਗੱਡੀ ਦੇ ਪਿੱਛੇ ਪਾਸੇ ਬਾਕਸ ਹੈ ਜਾਂ ਨਹੀਂ ਔਰ ਕਿੱਥੇ ਕਿੱਥੇ ਜੇਕਰ ਉਹ ਸ਼ੂਟ ਕਰਨ ਤਾਂ ਗੋਲੀ ਹੈ ਲੱਗ ਸਕਦੀ ਹੈ ਤਾਂ ਪੂਰਾ ਵੇਰਵਾ ਤਿਆਰ ਕੀਤਾ ਸੀਗਾ ਗੈਂਗਸਟਰਸ ਨੇ ਯਾਨੀ ਕਿ ਜੇਕਰ ਸਿੱਧੂ ਬੁਸੇਵਾਲਾ ਬੁਲੇਟ ਪ੍ਰੂਫ ਗੱਡੀ 'ਚ ਵੀ ਜਾਂਦਾ ਤਾਂ ਵੀ ਗੈਂਗਸਟਰਸ ਉਸਨੂੰ ਮਾਰਨ ਲਈ ਪੂਰੇ ਤਰੀਕੇ ਦੇ ਨਾਲ ਤਿਆਰ ਸੀ ਉਹਨਾਂ ਨੇ ਪੂਰੀ ਪਲੈਨਿੰਗ ਕੀਤੀ ਹੋਈ ਸੀ ਬੁਲੇਟ ਪ੍ਰੂਫ ਗੱਡੀ ਦੀ ਰੇਕੀ ਕੀਤੀ ਗਈ ਸੀ ਜਲੰਧਰ ਇੱਕ ਮਸ਼ਹੂਰ ਦਤਾਨ ਤੱਕ ਪਹੁੰਚਦੇ ਨੇ ਜਿੱਥੇ ਸਿੱਧੂ ਮੂਸੇਵਾਲੇ ਨੇ ਆਪਣੀ ਗੱਡੀ ਤਿਆਰ ਕਰਾਈ ਹੁੰਦੀ ਹੈ ਔਰ ਪੂਰੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਕਿ ਕੀ ਕੀ ਗੱਡੀ ਦੇ ਵਿੱਚ ਲਗਾਇਆ ਗਿਆ ਕਿਸ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਹੈ ਗੱਡੀ ਦੇ ਪਿਛਲੇ ਪਾਸੇ ਬਕਸਾ ਹੈ ਜਾਂ ਨਹੀਂ ਔਰ ਹੋਰ ਚੀਜ਼ਾਂ ਜੋ ਬੁਲੇਟ ਪ੍ਰੂਫ ਗੱਡੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਸਾਰੀ ਜਾਣਕਾਰੀ ਗੈਂਗਸਟਰਸ ਨੇ ਪਹਿਲੇ ਹੀ ਆਪਣੇ ਕੋਲ ਰੱਖ ਲਈ ਸੀ ਯਾਨੀ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਸੁਰੱਖਿਆ ਦੇ ਬਿਨਾ ਔਰ ਬੁਲੇਟ ਪ੍ਰੂਫ ਕੱਤੀ ਦੇ ਬਿਨਾ ਬਾਹਰ ਤਾਂ ਜ਼ਰੂਰ ਨਿਕਲਦਾ ਔਰ ਉਸ ਵਕਤ ਮੌਕੇ ਦਾ ਫਾਇਦਾ ਚੱਕਦੇ ਹੋਏ ਉਸ ਦੀ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਪਰ ਜੇਕਰ ਉਸਦੇ ਨਾਲ ਸੁਰੱਖਿਆ ਕਰਮੀ ਹੁੰਦੇ ਜੇਕਰ ਉਹ ਬੁਲੇਟ ਪ੍ਰੂਫ ਗੱਡੀ 'ਚ ਵੀ ਹੁੰਦਾ ਤਾਂ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਮਾਰਿਆ ਜਾਂਦਾ ਇਸ ਦੀ ਪੂਰੀ ਪਲੈਨਿੰਗ ਪਹਿਲੇ ਹੀ ਗੈਂਗਸਟਰਸ ਕਰ ਚੁੱਕੇ ਸੀ ਤਾਂ ਮੀਡੀਆ ਰਿਪੋਰਟਸ ਮੁਤਾਬਕ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹ ਪੁਲਿਸ ਅਧਿਕਾਰੀਆ ਨੇ ਇਸ ਨੂੰ ਲੈ ਕੇ ਖੁਲਾਸੇ ਵੀ ਕੀਤੇ ਨੇ ਤਾਂ ਬੁਲੇਟ ਪ੍ਰੂਫ ਗੱਡੀ ਦੀ ਵੀ ਪਹਿਲੇ ਰੇਕੀ ਕੀਤੀ ਗਈ ਸੀ ਪੰਜਾਬ ਦੇ ਜਲੰਧਰ ਦੇ ਵਿੱਚ ਗੱਡੀਆਂ ਤਿਆਰ ਕੀਤੇ ਜਾਂਦੀਆਂ ਨੇ ਦੁੱਧ ਤੱਕ ਗੈਂਗਸਟਰਸ ਪਹੁੰਚੇ ਸੀ ਔਰ ਪੂਰਾ ਵੇਰਵਾ ਪੂਰੀ ਜਾਣਕਾਰੀ ਹਾਸਲ ਕੀਤੀ ਸੀ ਕਿ ਸਿੱਧੂ ਮੂਸੇਵਾਲੇ ਨੇ ਆਪਣੀ ਗੱਡੀ ਦੇ ਵਿੱਚ ਕੀ ਕੀ ਖਾ ਸੇ ਲਵਾਇਆ ਹੈ ਤਾਂ ਤੁਹਾਨੂੰ ਦੱਸਦੀ ਕਿ ਪੁਲਿਸ ਨੂੰ 7 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਲਾਰੈਂਸ ਬਿਸ਼ਨੋਈ ਨੇ ਵੀ ਜ਼ਰੂਰ ਦੱਸਿਆ ਕਿ ਵਿੱਕੇ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਉਸ ਦੀ ਸਿੱਧੂ ਮੂਸੇਵਾਲੇ ਨਾਲ ਦੁਸ਼ਮਣੀ ਵੱਧ ਜਾਂਦੀ ਇਸ ਕਰਕੇ ਕਿਉਂਕਿ ਵਿੱਕੇ ਮਿੱਡੂ ਖੇੜਾ ਦੀ ਜਿਸ ਨੇ ਰੇਕੀ ਕੀਤੀ ਸੀ ਉਸ ਨੂੰ ਠਹਿਰਉਣ ਵਾਲਾ ਸਿੱਧੂ ਮੂਸੇਵਾਲੇ ਦਾ ਮੈਨੇਜਰ ਸ਼ਗਨਪ੍ਰੀਤ ਸੀ ਔਰ ਜਦੋਂ ਉਸ ਦਾ ਨਾਮ ਸਾਹਮਣੇ ਆਂਦਾ ਪੁਲਿਸ ਉਸ ਤੇ ਕੋਈ ਕਾਰਵਾਈ ਨਹੀਂ ਕਰਦੀਏ ਸਿੱਧੂ ਮੂਸੇਵਾਲਾ ਉਸ ਨੂੰ ਪੈਸੇ ਦੇ ਕੇ ਵਿਦੇਸ਼ ਭਜਾ ਦਿੰਦਾ ਜਿਸ ਤੋਂ ਬਾਅਦ ਉਹਨਾਂ ਦਾ ਪੂਰਾ ਗੈਂਗ ਪੂਰਾ ਗਰੁੱਪ ਸਿੱਧੂ ਮੂਸੇਵਾਲੇ ਦੇ ਖਿਲਾਫ ਹੋ ਜਾਂਦਾ ਔਰ ਬਸ ਸਮੇਂ ਦੀ ਉਡੀਕ ਕਰ ਰਹੀ ਸੀ ਕਦੋਂ ਸਹੀ ਸਮਾਂ ਆਏ ਔਰ ਆਪਣੀ ਇਹ ਜੋ ਪਲਾਨ ਸੀ ਉਸ ਨੂੰ ਅੰਜਾਮ ਦੇ ਦੇ ਤਾਂ ਬਲੂਪ੍ਰਿੰਟ ਪਹਿਲੇ ਤੋਂ ਹੀ ਤਿਆਰ ਸੀ ਹਾਲਾਂਕਿ ਪਹਿਲੇ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ ਵੀ ਲਾਰੈਂਸ ਬਿਸ਼ਨੋਈ ਨੂੰ ਹੀ ਮਾਸਟਰਮਾਈਂਡ ਠਹਿਰਾਇਆ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਨੇ ਵੀ ਕੱਲ ਲਾਰੈਂਸ ਬਿਸ਼ਨੋਈ ਨੂੰ ਹੀ ਇਸ ਪੂਰੇ ਹੱਤਿਆकांड ਦਾ ਮਾਸਟਰਮਾਈਂਡ ਠਹਿਰਾਇਆ ਪਰ ਇਸ ਵਿਚਕਾਰ ਜਿਹੀ ਖਬਰ ਵੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਅਜੇ ਤੱਕ ਇਸ ਬਾਰੇ ਕਬੂਲਨਾਮਾ ਨਹੀਂ ਕੀਤਾ ਉਹ ਇਸੇ ਗੱਲ ਤੇ ਅੜਿਆ ਹੋਇਆ ਕਿ ਉਸ ਦਾ ਇਸ ਦੇ ਵਿੱਚ ਕੋਈ ਹੱਥ ਨਹੀਂ ਹੈ ਉਸ ਦੀ ਗੋਲਡੀ ਬਰਾੜ ਦੇ ਨਾਲ ਤਾਂ ਜ਼ਰੂਰ ਫੋਨ ਤੇ ਗੱਲਬਾਤ ਹੁੰਦੀ ਸੀ ਪਰ ਮਰਡਰ ਦਾ ਆਰਡਰ ਲਾਰੈਂਸ ਬਿਸ਼ਨੋਈ ਨੇ ਨਹੀਂ ਦਿੱਤਾ ਅਜਿਹਾ ਲਾਰੈਂਸ ਬਿਸ਼ਨੋਈ ਦਾ ਕਹਿਣਾ ਹੈ ਤਾਂ ਹੁਣ ਸਿੱਧੂ ਮੂਸੇਵਾਲੇ ਹਤਿਆਕਾਰ ਨੂੰ ਲੈ ਕੇ ਇੱਕ ਹੋਰ ਅਹਿਮ ਅਪਡੇਟ سامنے ਆ ਰਿਹਾ ਕਿ ਸਿੱਧੂ ਮੂਸੇਵਾਲੇ ਦੀਰੇ ਕੀ ਕਰਨ ਤੋਂ ਪਹਿਲੇ ਉਸ ਦੀ ਗੱਡੀ ਦੀ ਵੀਰੇ ਕੀ ਹੋ ਚੁੱਕੀ ਸੀ ਤਾਂ ਪੂਰੀ ਜਾਣਕਾਰੀ ਗੈਂਗਸਟਰਸ ਨੇ ਹਾਸਲ ਕੀਤੀ ਸੀ ਕਿ ਗੱਡੀ ਦੇ ਵਿੱਚ ਕੀ ਕੀ ਲਗਵਾਇਆ ਗਿਆ ਜੇਕਰ ਸੁਰੱਖਿਆ ਕਰਮੇ ਅਗੁਲੇ ਪ੍ਰੂਫ ਗੱਡੀ ਦੇ ਵਿੱਚ ਸਿੱਧੂ ਮੂਸੇਵਾਲਾ ਬਾਹਰ ਜਾਂਦਾ ਤਾਂ ਵੀ ਉਸ ਦੀ ਜਾਨ ਨੂੰ ਖਤਰਾ ਸੀ